ਕਿਹੜਾ ਸਿਰੇ ਦਾ ਕੰਮ? ਬਾਹਰ ਜਾਣ ਦਾ। ਹੁਣ ਤੇਰੇ ਕਹਿਣ ਦਾ ਮਤਲਬ ਹੈ ਬਾਪੂ ਕਿੱਲਾ ਵੇਚ ਕੇ ਤੈਨੂੰ ਬਾਹਰ ਭੇਜ ਦੇ? ਉਹ ਪਤੰਦਰਾ, ਜੇ ਤਰੀਕੇ ਨਾਲ ਚੱਲੇ ਨਾ ਸਾਰਾ ਕੁਝ ਹੋ ਜਾਂਦਾ ਹੈਗਾ। ਹੌਲੀ ਹੌਲੀ ਮਿਹਨਤ ਕਰੇਗਾ, ਵੱਧ ਵੀ ਬਣਨ ਲੱਗ ਜਾਣਗੇ। ਤੂੰ ਤਾਂ ਇੱਕੋ ਦਿਨ ਕਹਿਣਾ ਸੀ ਮੇਰਾ ਝੋਲਾ ਭਰ ਜੇ ਬਸ। ਉਹ ਕੁਛ ਨਹੀਂ ਬਣਦਾ ਹੈਗਾ, ਬਸ ਬਾਹਰ ਜਾਣਾ ਮੇਰਾ, ਉੱਥੇ ਹੀ ਕਮਾਈ ਆ, ਹੋਰ ਨਹੀਂ ਕੋਈ ਫਿਊਚਰ ਹੈਗਾ। ਉਹ ਬਾਹਰ ਮੈਂ ਤੈਨੂੰ ਕਾਹਦੇ ਨਾਲ ਭੇਜਦਾ, ਇੰਨੇ ਧੇਲੇ ਮੇਰੇ ਕੋਲ ਕਿੱਥੇ? ਤੇਰਾ ਸਾਥ ਦੇਵਾਂਗੇ, ਤੇਰੇ ਨਾਲ ਕੰਮ ਕਰਾਵਾਂਗੇ। ਕਿਉਂ ਬਾਪੂ? ਹਾਂ ਹਾਂ ਬਿਲਕੁਲ ਪੁੱਤ। ਹੁਣ ਤੂੰ ਦੱਸ, ਜਾਣਾ ਹਲੇ ਵੀ ਬਾਹਰਲੇ ਦੇਸ਼? ਚਲੋ ਤੂੰ ਜੇ ਤੁਸੀਂ ਹੁਣ ਕਹਿੰਦੇ ਹੋ, ਤੁਸੀਂ ਮੈਨੂੰ ਵਿਸ਼ਵਾਸ ਦੁਬਾਰੇ ਆ, ਤਾਂ ਮੈਂ ਦੇਖਦਾ ਇੱਥੇ ਕਰਾਂਗੇ ਹਲੇ। ਕਹਿੰਦਾ ਦੇਖਦਾ, ਅਜੇ ਵੀ ਵਿਚਾਲੇ ਅੜਿਆ ਖੜਾ ਹੈਗਾ। ਮੈਨੂੰ ਲੱਗਦਾ ਵੀ ਇਹ ਮੇਰੇ ਤੋਂ ਟੰਬੇ ਖਾ ਕੇ ਫੇਰ ਖੜੂ। ਨਾਲੇ ਆਪਾਂ ਨੂੰ ਬਾਹਰ 30-30 ਲੱਖ ਰੁਪਈਆ ਲਾ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਉਹ 30 ਲੱਖ ਵੀ ਬਚੂਗਾ, ਉਸ 30 ਲੱਖ ਦੀਆਂ ਤੂੰ ਕਿੰਨੀਆਂ ਮੱਝਾਂ ਪਾ ਸਕਦਾ ਇੱਥੇ, ਕਿੱਡਾ ਬਿਜ਼ਨਸ ਕਰ ਸਕਦਾ। ਆ ਜਿੰਨੀ ਮਿਹਨਤ ਉੱਥੇ ਜਾ ਕੇ ਕਰਨੀ ਪੈਂਦੀ ਹੈ ਨਾ, ਉਨੀ ਤਾਂ ਇੱਥੇ ਕਰਨ ਦੀ ਲੋੜ ਵੀ ਨਹੀਂ। ਕੰਮ ਕਰਕੇ ਤਾਂ ਦੇਖੋ, ਤੁਹਾਡੇ ਖੇਤਾਂ 'ਚ ਨਾ ਲੋਕ ਕੰਮ ਕਰ ਕਰਕੇ ਆਪਣੇ ਟੱਬਰ ਪਾਲ ਰਹੇ ਨੇ। ਜਿਹੜੇ ਤੁਹਾਡੇ ਖੇਤਾਂ 'ਚ ਕੰਮ ਕਰਦੇ ਨੇ ਨਾ, ਤੁਹਾਡੇ ਖੇਤਾਂ 'ਚ ਕਹੀਆਂ ਚਲਾ ਕੇ, ਖੁਰਪੇ ਚਲਾ ਕੇ ਆਪਣਾ ਸਾਰਾ ਟੱਬਰ ਪਾਲ ਲੈਂਦੇ ਨੇ। ਉਹ ਫਿਰ ਵੀ ਕਦੇ ਇਹ ਨਹੀਂ ਕਹਿੰਦੇ ਵੀ ਸਾਨੂੰ ਕੁਛ ਬਚਦਾ ਨਹੀਂ, ਸਾਡੇ ਬੱਚੇ ਭੁੱਖੇ ਮਰ ਰਹੇ ਨੇ। ਲੈ ਆਹ ਸੁੱਤਾ ਪਿਆ ਗਿਆ ਪਤੰਦਰ ਇੱਥੇ, ਇੱਕ ਪਤਾ ਨਹੀਂ ਸੁਸਤੀ ਦਾ ਘਰਾਂ ਸੁੱਤਾ ਰਹਿੰਦਾ ਹੈਗਾ। ਇੱਕ ਕੁੜੀ ਹੈ, ਸਾਰਾ ਦਿਨ ਖਪਦੀ ਫਰੀ ਜਾਂਦੀ ਹੈ। ਉਹ ਮਹਾਰਾਜ ਉੱਠ ਪੈ, ਕਿ ਸਾਰਾ ਮੇਰੇ ਪੱਲੀ ਪਾਇਆ ਹੋਏਗਾ ਤੂੰ, ਵੀ ਤੂੰ ਹੀ ਕਰਨਾ ਹੈਗਾ। ਮੈਂ ਤੁਹਾਨੂੰ ਹੁੰਦਾ ਆਪ ਹੀ ਕਰ ਲਾ। ਲੈ ਕਹਿੰਦਾ ਮੇਰੇ ਤੋਂ ਨਹੀਂ ਹੁੰਦਾ ਹੈਗਾ, ਹੋਰ ਕੌਣ ਕਰੂਗਾ? ਮੈਂ ਕੋਈ ਸੁੱਖ ਸੁੱਖੀ ਹੋਈਏ ਮੈਂ ਹੀ ਕਰੂੰਗਾ। ਉਹ ਪਤੰਦਰਾ, ਜਦੋਂ ਮੈਂ ਤੇਰੀ ਉਮਰ 'ਚ ਹੁੰਦਾ ਸੀ ਨਾ, ਆਹ ਸਾਰਾ ਖੇਤ ਬੰਨਾ ਵੀ ਸਾਂਭਦਾ ਸੀ ਸਵੇਰੇ 4 ਵਜੇ ਉੱਠ ਕੇ। ਨਾਲੇ ਤੈਨੂੰ ਪਤਾ ਕੌਡੀ ਖੇਡਣ ਜਾਂਦਾ ਸੀਗਾ, ਤੂੰ ਘਰੇ ਆਉਣਾ, ਘਰੇ ਸੁੱਤਾ ਰਹਿਣਾ, ਇੱਧਰ ਆਉਣਾ, ਇੱਥੇ ਸੁੱਤਾ ਰਹਿਣਾ, ਹੋਰ ਤੈਨੂੰ ਕੋਈ ਕੰਮ ਹੀ ਨਹੀਂ ਹੈਗਾ। ਹੋਰ ਕੀ ਕਰਾਂ, ਮੇਰੇ ਨਾਲ ਦੇ ਸਾਰੇ ਬਾਹਰ ਗਏ ਹੋਏ ਆ, ਇਹ ਕੰਮ 'ਚ ਕੰਮ ਆ ਕੋਈ? ਹਾਂ ਨਾਲ ਦੇ ਬਾਹਰ, ਬਾਕੀ ਨਾਲ ਦੇ ਤਾਂ ਕੁਛ ਹੋਰ ਕਰਨਗੇ। 6 ਮਹੀਨੇ ਲਾ ਕੇ ਇੱਕਦਮ 20,000 ਨਹੀਂ ਵੱਟਦਾ ਹੈਗਾ। ਉਹ ਕਿਉਂ ਨਹੀਂ ਵੱਟਦਾ? ਆ ਹੋਰ ਤੁਹਾਨੂੰ ਕਿੱਥੋਂ ਪਾਲੇਗਾ? ਸਾਰੇ ਪਾਲਦੇ ਆ, ਪਾਲਣ ਨੂੰ ਤੂੰ ਬੜਾ ਉੱਥੇ, ਜੇ 100 ਰੁਪਏ ਮੰਗਦੇ ਆ 10 ਵਾਰੀ ਪਹਿਲਾਂ ਗਿੱਜਾ ਕਰੇ ਨਹੀਂ ਜਾਂਦਾ, ਤਾਂ ਜਾ ਕੇ ਕਿਤੇ 50 ਰੁਪਏ ਕੱਢਦਾ। ਅਰੇ ਪੜ੍ਹਾਈ ਦਾ ਜਿਹੜੀਆਂ ਡਿਗਰੀਆਂ ਕਰਾਇਆ ਉਹਦਾ ਕੋਈ ਪੁੱਛਦਾ ਨਹੀਂ ਹੈਗਾ, ਕੋਈ ਨੌਕਰੀ ਨਹੀਂ ਉਹਨਾਂ ਕੇ ਸਿੱਤੇ, ਬਾਹਰ ਵਾਲੇ ਜਿਹੜੇ ਆਈਲੈਸ ਕਰਦੇ ਆ ਉਹਨਾਂ ਦੀ ਜ਼ਿਆਦਾ ਵੈਲਿਊ ਆ। ਕਹਿੰਦਾ ਨੌਕਰੀ ਨਹੀਂ ਮਿਲਦੀ? ਉਹ ਜੇ ਨੌਕਰੀ ਨਹੀਂ ਮਿਲਦੀ ਹੋਰ ਪ੍ਰਾਈਵੇਟ ਕੰਮ ਕਰ ਲੈ, ਹੋਰ ਕੀ ਥੋੜੇ ਨੇਗੇ? ਉਹ ਪ੍ਰਾਈਵੇਟ ਕੰਮਾਂ 'ਚ ਕੀ ਆ, ਪ੍ਰਾਈਵੇਟ ਤਾਂ 10,000 ਮਸਾ ਵੱਧਦਾ, 10,000 ਕੀ ਆ ਅੱਜ ਦੇ ਜ਼ਮਾਨੇ 'ਚ? ਉਹ ਪਤੰਦਰਾ, ਜੇ ਤਰੀਕੇ ਨਾਲ ਚੱਲੇ ਨਾ ਸਾਰਾ ਕੁਛ ਹੋ ਜਾਂਦਾ ਹੈਗਾ। ਹੌਲੀ ਹੌਲੀ ਮਿਹਨਤ ਕਰੇਗਾ, ਵੱਧ ਵੀ ਬਣਨ ਲੱਗ ਜਾਣਗੇ। ਤੂੰ ਤਾਂ ਇੱਕੋ ਦਿਨ ਕਹਿਣਾ ਸੀ ਮੇਰਾ ਝੋਲਾ ਭਰ ਜੇ ਬਸ। ਉਹ ਕੁਛ ਨਹੀਂ ਬਣਦਾ ਹੈਗਾ, ਬਸ ਬਾਹਰ ਜਾਣਾ ਮੇਰਾ, ਉੱਥੇ ਹੀ ਕਮਾਈ ਆ, ਹੋਰ ਨਹੀਂ ਕੋਈ ਫਿਊਚਰ ਹੈਗਾ। ਉਹ ਬਾਹਰ ਮੈਂ ਤੈਨੂੰ ਕਾਹਦੇ ਨਾਲ ਭੇਜਦਾ, ਇੰਨੇ ਧੇਲੇ ਮੇਰੇ ਕੋਲ ਕਿੱਥੇ? ਉਹ ਹੈ ਤਾਂ ਗਿਆ ਜਿਹੜੇ ਜੀਰੀ ਖੜੀ ਆ, ਜਿਹਦੇ 'ਚ ਜੀਰੀ ਖੜੀ ਹੈ? ਜੀਰੀ ਚੰਗੀ 2 ਕਿੱਲਿਆਂ 'ਚੋਂ 50 ਲੱਖ ਦੀ ਹੋ ਜੂਗੀ, ਮਸਾਂ 1,50,000 ਦੀ ਹੋਊਗੀ। ਉਹ ਜੀਰੀ ਜਿਹਦੇ 'ਚ ਖੜੀ ਆ, ਜ਼ਮੀਨ ਦੀ ਗੱਲ ਕਰਦਾ ਮੈਂ। ਅੱਛਾ ਤੇਰੇ ਕਹਿਣ ਦਾ ਮਤਲਬ ਹੈ ਜ਼ਮੀਨ ਵੇਚਦਾ ਹੁਣ ਮੈਂ ਤੇਰੇ ਪਿੱਛੇ ਲੱਗ ਕੇ ਹੈ? ਓ ਬਾਪੂ ਮੇਰੀ ਗੱਲ ਸੁਣ, ਜੇ 1 ਕਿੱਲਾ ਵੇਚ ਵੀ ਦੇਗਾ ਤੇਰੇ 4 ਬਣਾ ਦੂੰਗਾ 2 ਸਾਲਾਂ 'ਚ। 4 ਬਣਾ ਦੇਗਾ? ਉਹ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ, ਜ਼ਮੀਨ ਬਿਨਾਂ ਆਪਣਾ ਕੀ ਹੈ? ਨਾਲੇ ਆਪਣੇ ਕੋਲੇ ਜਿਹੜੇ 2 ਕਿੱਲੇ ਨੇ, ਤੇਰੀ ਭੈਣ ਵਿਆਹਣ ਵਾਲੀ ਪਈ ਹੈਗੀ, ਉਹਦਾ ਵਿਆਹ ਨਹੀਂ ਕਰਨਾ? ਉਹ ਮੈਂ ਸਾਰਾ ਕੁਝ ਕਰ ਦੂੰਗਾ ਤੇਰੇ, 2 ਸਾਲ ਦੇ ਦੀ ਬਸ ਤੂੰ, 1 ਕਿੱਲਾ ਮੇਰੇ ਵਾਲਾ ਵੇਚ ਦੀ, ਬਸ ਤੇਰੇ ਸਾਰੇ ਮੈਂ ਕਿਹਾ ਚੁਟਕੀਆਂ 'ਚ ਬਣਾ ਦੂੰਗਾ ਤੇਰੇ, 4 ਕਿੱਲੇ ਬਣਾ ਕੇ ਭੈਣ ਵੀ ਵਿਆਹ ਜਾਏਗੀ, ਸਭ ਕੁਛ ਹੋ ਜੂਗਾ। ਹਾਂ ਹੋ ਜੂਗਾ, ਉੱਥੇ ਤਾਂ ਜਾ ਕੇ ਦਰਖਤਾਂ ਤੋਂ ਡਾਲਰ ਤੋੜਨੇ ਨੇਗੇ। ਮੇਰੇ ਜਿਹੜੇ ਦੋਸਤ ਗਏ ਆ ਬਹੁਤ ਕੰਮ ਹੈ ਕਹਿੰਦੇ ਇੱਥੇ, ਤੂੰ ਆ ਜਾ ਵੈਸੇ ਕਹਿੰਦੇ ਇੱਕ ਵਾਰ। ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੈਗੀ, ਤੂੰ ਕਿਹੋ ਜਿਹਾ ਪੜ੍ਹਿਆ ਲਿਖਿਆ ਹੈਗਾ, ਪੜ੍ਹ ਕੇ ਵੀ ਅਨਪੜ੍ਹ ਵਾਲੀਆਂ ਗੱਲਾਂ ਕਰਦਾ।
ਉਹ ਆ ਮੋਬਾਈਲ ਜੇ 'ਚ ਕਹਿੰਦੇ ਤਾਂ ਰਹਿੰਦੇ ਨੇ, ਉਹ ਜਵਾਕ ਦੁਹਾਈਆਂ ਮਾਰਦੇ ਨੇ ਉੱਥੇ, ਕੋਈ ਕੰਮ ਕਰ ਹੈਗੇ। ਤੂੰ ਇੱਥੇ ਛੋਟਾ ਮੋਟਾ ਕੰਮ ਕਰ ਲੈ ਜੇ ਕੋਈ ਕਰਨਾ ਤਾਂ। ਉਹ ਇੱਥੇ ਨਹੀਂ ਕੋਈ ਗੱਲ ਬਣਦੀ, ਇੱਥੇ ਤਾਂ ਪੈਸੇ ਹੀ ਨਹੀਂ ਬਣਦਾ ਕੰਮ ਦਾ। ਕਿਉਂ ਨਹੀਂ ਬਣਦਾ ਹੈਗਾ ਪੈਸਾ? ਬਥੇਰੀ ਦੁਨੀਆ ਕਮਾਈ ਜਾਂਦੀ ਹੈ, ਸਾਰੇ ਲੋਕ ਬਾਹਰ ਜਾ ਕੇ ਪੈਸਾ ਕਮਾਉਂਦੇ ਨੇਗੇ, ਇੱਥੇ ਲੋਕ ਕਿੱਡੇ ਕਿੱਡੇ ਬਿਜ਼ਨਸ ਸੈੱਟ ਕਰੀ ਬੈਠੇ ਨੇਗੇ। ਉਹ ਕਿੱਥੇ ਕਰੀ ਬੈਠੇ ਨੇ, ਜੇ ਮੇਰੇ ਨਾਲ ਦੇ ਸਾਰੇ ਬਾਹਰ ਗਏ ਹੋਏ ਆ, ਪਤਾ ਕਿੰਨਾ ਪੈਸਾ ਕਮਾਉਂਦੇ ਆ, 2-2 ਲੱਖ ਰੁਪਏ ਮਹੀਨਾ ਕਮਾਉਂਦੇ ਆ ਉਹ। ਉਹ 2 ਲੱਖ ਕਮਾਉਂਦੇ ਨੇ, ਫਿਰ ਅਗਲੇ ਕੋਲ ਤਾਂ ਹੈਗੀ ਸੀ ਬਈ ਤਾਂ ਲਾ ਦੇ ਉਹਨਾਂ ਨੇ, ਆਪਣੇ ਕੋਲ ਨਹੀਂ ਹੈਗੇ, ਮੈਂ ਤੈਨੂੰ ਕਿੱਥੋਂ ਲਾ ਕੇ ਦੇ ਦਿੰਦਾ ਪੈਸੇ? ਆਪਣੇ ਕੋਲ ਹੈ ਤੇ ਗਿਆ 1 ਕਿੱਲਾ ਜ਼ਮੀਨ ਦਾ ਜ਼ਮੀਨ ਦਾ। ਜਦੋਂ ਮੈਂ ਤੈਨੂੰ 1 ਵਾਰੀ ਕਹਿ ਲੈ ਭਾਵੇਂ 10 ਵਾਰੀ ਕਹਿ ਲੈ, ਮੈਂ ਤਾਂ ਤੇਰੇ ਪਿੱਛੇ ਲੱਗ ਕੇ ਜ਼ਮੀਨ ਵੇਚ ਦੇਣੀ, ਠੀਕ ਆ? ਹੁਣ ਅੱਗੇ ਕੋਠੇ ਜਿੱਡੀ ਕੁੜੀ ਬਈ ਆ, ਮੈਨੂੰ ਉਹਦਾ ਫਿਕਰ ਵੀ ਆ, ਤੂੰ ਤਾਂ ਮੂੰਹ ਪਾੜ ਕੇ ਕਹੀ ਜਾਂਦਾ ਹੈਗਾ। ਮੈਂ ਨਹੀਂ ਕਰਿਆ, 1 ਕਿੱਲਾ ਵੇਚੇ ਤੇਰੇ 4 ਬਣਾ ਦੂੰਗਾ। ਉਹ ਯਾਰ ਜੇ ਤੇਰੇ ਇੱਥੇ ਕੁਛ ਬਣਦਾ ਕਰ ਲੈ, ਨਹੀਂ ਮੇਰਾ ਦਿਮਾਗ ਨਾ ਖਾ। ਮੇਰੇ ਤੇ ਨਹੀਂ ਉੱਥੇ ਬਣਦਾ ਹੈਗਾ ਕੁਛ, ਆ ਜ਼ਮੀਨ ਨੂੰ ਪਤਾ ਨਹੀਂ ਕਿੱਥੇ ਚੱਟੂ ਆ ਇਹ। ਆ ਕਿੰਨੀ ਦੇਰ ਹੋ ਗਈ ਮੈਨੂੰ ਤਾਂ ਦੇਖਦੇ ਨੂੰ, ਕੁਛ ਨਹੀਂ ਬਣਿਆ ਹੈਗਾ, ਸਾਰੇ ਪੈਸਾ ਆਈ ਜਾਂਦਾ, ਖਰਚੇ ਬੜੀ ਜਾਂਦਾ। ਜਿੰਨਾ ਪੈਸਾ ਕਮਾਉਂਦੇ ਆ ਉਨਾ ਹੀ ਜ਼ਮੀਨ 'ਤੇ ਲਾ ਦਿੰਦੇ ਆ, ਜਿੰਨਾ ਕਮਾਉਂਦੇ ਆ ਕੋਈ ਦਵਾਈ ਆ ਗਈ, ਕਦੇ ਕੁਛ ਆ ਗਿਆ, ਕਦੇ ਰੇਹ ਆ ਗਿਆ, ਬਸ ਆਹੀ ਘਰ ਦੇ ਖਰਚੇ ਨਹੀਂ ਮੁੱਕਦੇ, ਕੀ ਬਣੂਗਾ? ਸ਼ਮਾ ਹੀ ਅਕਲ ਨਹੀਂ ਹੈਗੀ ਇਹਨੂੰ, ਬਾਪੂ ਨੂੰ ਦੇਖ ਲਿਆ ਕਿਵੇਂ ਬੋਲਦਾ, ਵੀ ਭਲਾ ਇੰਨੀ ਪੜ੍ਹਾਈ ਦਾ ਕੀ ਫਾਇਦਾ ਜੇ ਤੈਨੂੰ ਘਰਦਿਆਂ ਨਾਲ ਗੱਲ ਹੀ ਨਹੀਂ ਕਰਨੀ ਆਉਂਦੀ, ਉੱਪਰੋਂ ਕਹਿੰਦਾ 1 ਕਿੱਲਾ ਜ਼ਮੀਨ ਦਾ ਵੇਚ ਦਿਉ। ਭਲਾ ਸਾਡੇ ਦਾਦੇ ਪੜਦਾਦੇ ਵੀ ਤਾਂ ਇਸੇ ਜ਼ਮੀਨ 'ਚ ਪਲੇ ਨੇ, ਕੰਮ ਕਰਨ ਦੇ ਮਾਰੇ 100 ਬਹਾਨੇ ਕਰਦੇ ਨੇ। ਕੋਈ ਨਾ, ਇਹਦੀ ਤਾਂ ਕਲਾਸ ਲੈਣੀ ਪਊ, ਸਮਝਾਉਣਾ ਪਊਗਾ ਇਹਨੂੰ, ਐ ਨਹੀਂ ਸੁਧਰਦਾ। ਆ ਗਈ ਭੈਣ? ਹਾਂ ਆ ਗਈ। ਰੋਟੀ ਲਈ ਆ? ਹੈ ਆਹੋ, ਮੈਨੂੰ ਭੁੱਖ ਲੱਗ ਰਹੀ ਸੀ ਬਹੁਤ। ਸਬਜ਼ੀ ਕਿਆ ਲਈ ਆ? ਤੈਨੂੰ ਰੋਟੀ ਖਾਣ ਦੀ ਤਾਂ ਕਾਲੀ ਲੱਗੀ ਰਹਿੰਦੀ ਆ, ਕੋਈ ਕੰਮ ਵੀ ਕਰਾ ਦਿਆ ਕਰ ਬਾਪੂ ਨਾਲ। ਕੰਮ ਕਿਆ ਕਰਾਂ ਮੈਂ ਉਸ ਨਾਲ, ਹੁਣ ਛੋਟੇ ਛੋਟੇ ਜੇ ਕੰਮ ਦੱਸੀ ਜਾਂਦਾ, ਮੈਂ ਉਹਨੂੰ ਦੱਸਿਆ ਸਿਰੇ ਦਾ ਕੰਮ ਮੰਨਦਾ ਨਹੀਂ ਹੈਗਾ। ਆਹੋ, ਕਿਹੜਾ ਸਿਰੇ ਦਾ ਕੰਮ? ਬਾਹਰ ਜਾਂਦਾ। ਹੁਣ ਤੇਰੇ ਕਹਿਣ ਦਾ ਮਤਲਬ ਆ ਬਾਪੂ ਕਿੱਲਾ ਵੇਚ ਕੇ ਤੈਨੂੰ ਬਾਹਰ ਭੇਜ ਦੇ? ਫਿਰ ਮੈਂ ਕਿਹੜਾ ਇਕੱਲਾ ਕਹਿ ਰਿਹਾ, ਸਾਰੇ ਮੇਰੇ ਦੋਸਤਾਂ ਦੇ ਐਵੇਂ ਗਏ ਆ ਬਾਹਰ। ਮੈਂ ਤੂੰ ਦੋਸਤਾਂ ਦੇ ਪਿੱਛੇ ਕਿਉਂ ਲੱਗ ਰਿਹਾ, ਤੂੰ ਆਪਦਾ ਘਰ ਬਾਰ ਦੇਖ, 2 ਕਿੱਲੇ ਤਾਂ ਸਾਰੇ ਨੇ ਆਪਣੇ ਕੋਲ। ਮੈਂ ਦੋਸਤਾਂ ਦੇ ਪਿੱਛੇ ਨਹੀਂ ਲੱਗ ਰਿਹਾ, ਉਹ ਕਰਦੇ ਨੇ ਕੁਛ, ਕਮਾ ਰਹੇ ਆ, 25-25 ਲੱਖ ਰੁਪਏ ਸਾਲ ਦਾ ਕਮਾਉਂਦੇ ਆ ਉਹ। ਤੂੰ ਇੱਥੇ ਰਹਿ ਕੇ ਕੋਈ ਕੰਮ ਕਰ ਲਾ। ਇੱਥੇ ਰਹਿ ਕੇ ਤਾਂ ਕੁਛ ਵੀ ਨਹੀਂ ਬਣਦਾ, ਇਹ ਘਰ ਦੀ ਛੱਤ ਨਹੀਂ ਬਦਲੀ ਜਾਂਦੀ 10 ਸਾਲਾਂ 'ਚ। ਵੀਰੇ ਤੁਹਾਡਾ ਵਹਿਮ ਹੈ, ਪਹਿਲਾਂ ਤੂੰ 25-30 ਲੱਖ ਰੁਪਇਆ ਲਾ ਕੇ ਕਿੱਲਾ ਵੇਚ ਕੇ ਜਾਏਗਾ, ਫਿਰ ਉੱਥੇ ਜਾ ਕੇ 30 ਲੱਖ ਜਦੋਂ ਕਮਾਏਗਾ, ਉਸ ਤੋਂ ਬਾਅਦ ਕੋਈ ਤੈਨੂੰ ਪੈਸਾ ਬਚੂਗਾ। 30 ਲੱਖ ਰੁਪਇਆ ਤੂੰ ਸੋਚ ਕਦ ਕਮਾਏਗਾ ਉੱਥੇ ਜਾ ਕੇ? ਸਾਲ 2 ਸਾਲ 'ਚ ਸਾਰੇ ਪੈਸੇ ਪੂਰੇ। ਜੇ ਤੈਨੂੰ ਕੰਮ ਨਾ ਮਿਲਿਆ ਫਿਰ? ਲੈ ਕੰਮ, ਮੇਰੇ ਦੋਸਤ ਕਹਿੰਦੇ ਆ ਅਸੀਂ, ਤੂੰ 1 ਵਾਰੀ ਬਸ ਆ ਜਾ, ਆਪੇ ਦਵਾ ਦਾਂਗੇ ਤੈਨੂੰ। ਦੋਸਤ ਤਾਂ ਬਥੇਰਾ ਕੁਛ ਕਹਿੰਦੇ ਹੁੰਦੇ ਨੇ, ਨਾਲੇ ਤੂੰ ਆਈਲੈਸ ਵੀ ਨਹੀਂ ਕੀਤੀ, ਤੂੰ ਬਾਹਰ ਕਿਵੇਂ ਚਲਾ ਜਾਏਗਾ? ਉਦੋਂ ਤੈਨੂੰ ਬਥੇਰਾ ਕਿਹਾ ਵੀ ਚੱਜ ਨਾਲ ਪੜ ਲਾ, ਪੜਿਆ 2 ਅੱਖਰ ਮੁੰਡਿਆਂ ਦੇ ਪਿੱਛੇ ਲੱਗ ਲੱਗ ਕੇ ਐਵੇਂ ਫੇਰੀ ਗਿਆ। ਨਾ ਜੇ ਮੈਨੇ ਨੇ ਆਈਲੈਸ ਕਰੀਏ, ਭਾ ਆਈਲੈਸ ਵਾਲੀ ਲੱਭ ਲਾਂਗੇ, 6 ਮਹੀਨੇ ਬਾਅਦ ਮੈਨੂੰ ਬੁਲਾ ਲਊਗੀ, ਨਾਲੇ 2 ਜਣੇ ਕਮਾਇਆ ਕਰਾਂਗੇ ਬਾਹਰ ਜਾ ਕੇ। ਹਾਂ ਬਸ ਬਾਪੂ ਹੁਣ ਆਹੀ ਕਰਦਾ ਰਹੇ, ਕਦੇ ਤੇਰੇ ਤੇ ਪੈਸਾ ਲਾਵੇ, ਕਦੇ ਹੁਣ ਜਿਹਦੇ ਨਾਲ ਤੇਰਾ ਵਿਆਹ ਕਰੂਗਾ ਉਹਦੇ ਤੇ ਪੈਸਾ ਲਾਵੇ। ਨਾਲੇ ਤੂੰ ਆਪ ਦੱਸ, 25-30 ਲੱਖ ਰੁਪਈਆ ਸੀ ਕਿਸੇ ਬਗਾਨੀ ਕੁੜੀ ਤੇ ਲਾਵਾਂਗੇ ਲੱਭ ਕੇ, ਕੱਲ ਨੂੰ ਉਸਨੇ ਤੈਨੂੰ ਨਾ ਬੁਲਾਇਆ ਫੇਰ ਕਿੰਨੇ ਤਾਂ ਕੇਸ ਹੋ ਗਏ ਆਪਣੀ ਅੱਖਾਂ ਸਾਹਮਣੇ। ਉਹ ਐਵੇਂ ਕਾਨੂੰਨ ਹੈ ਜਿਹੜਾ ਉਹ ਆਪਣੇ ਘਰ ਆਂਦਾ ਸੀ, ਕੀ ਨਾਮ ਆਂਦਾ, ਬੁੱਟੇ ਦਾ, ਹਾਂ ਉਹਨੂੰ ਸਾਲ ਹੋ ਗਿਆ ਉਹਦੀ ਘਰ ਵਾਲੀ ਨੂੰ ਗਏ ਨੂੰ, ਉਹ ਉਹਦੇ ਤਾਂ ਫਾਈਲ ਦੇ ਵਿੱਚ ਕੋਈ ਨੁਕਸ ਆ ਜਾਂਦਾ ਤਾਂ ਨਹੀਂ ਜਾਂਦੀ ਉਹਦਾ। ਕਿਉਂ ਹੋ ਗਿਆ? ਉਹਦੀ ਸੱਸ ਨੇ ਮੈਨੂੰ ਸਾਰਾ ਦੱਸਤਾ, ਉਹ ਨਹੀਂ ਬੁਲਾਉਂਦੀ ਹੈਗੀ ਉੱਥੇ, ਉਹ ਬੁਲਾ ਲੂਗੀ, ਉਹ ਦੱਸਦਾ ਦੀ ਮੈਨੂੰ, ਕਹਿੰਦਾ ਵੀ ਆ 1 ਮਹੀਨਾ ਹੋਰ ਲੱਗੂਗਾ, ਬੁਲਾ ਲੂਗੀ ਉਹ।
ਉਹ ਨਹੀਂ ਬੁਲਾਉਂਦੀ ਉਹ, ਉਹਨੇ ਉੱਥੇ ਜਾ ਕੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰ ਲਿਆ। ਉਹ ਨਹੀਂ ਨਹੀਂ ਆਪਾਂ ਸਾਰਿਆਂ ਨਾਲ ਥੋੜੀ ਹੁੰਦਾ, ਤੂੰ ਤਾਂ ਪਹਿਲਾਂ ਹੀ ਨੈਗੇਟਿਵ ਸੋਚਦੇ ਆ ਸਾਰਿਆਂ ਵਾਸਤੇ। ਆਪਾਂ ਕੋਈ ਲੱਭਾਂਗੇ ਆਪਣੇ ਰਿਸ਼ਤੇਦਾਰੀ ਚੋਂ, ਐ ਕੀ ਭੱਜ ਜੂਗੀ ਕਿਸੇ ਦੇ ਮੂੰਹ ਤੇ ਲਿਖਿਆ ਹੁੰਦਾ। ਨਾਲੇ ਤੂੰ ਜੇ ਇੰਨਾ ਪੈਸਾ ਲਾ ਕੇ 30 ਲੱਖ ਰੁਪਇਆ ਲਾ ਕੇ ਕੋਈ ਇੱਥੇ ਕੰਮ ਕਰ ਲੇ ਤਾਂ ਫਿਰ ਕੋਈ ਮਾੜੀ ਗੱਲ ਆ? ਉਹ ਐ ਕਹਿੰਦਾ ਵੀ 30 ਲੱਖ ਦਾ ਨਹੀਂ ਬਣਦਾ ਉਸ, ਉਹਦਾ ਬਿਜ਼ਨਸ ਚੱਲਦਾ ਹੀ ਨਹੀਂ ਹੈਗਾ 30 ਲੱਖ ਦਾ। ਤੂੰ ਕੋਈ ਛੋਟਾ ਮੋਟਾ ਬਿਜ਼ਨਸ ਕਰ ਲਾ, ਜ਼ਰੂਰੀ ਆ ਕੋਈ ਵੱਡਾ ਬਿਜ਼ਨਸ ਕਰਨਾ? ਹੁਣ ਦੁਨੀਆ ਤਾਂ ਚੰਦ ਤੇ ਚੜੀ ਜਾ ਰਹੀ, ਆਪਾਂ ਹਲੇ ਛੋਟੇ ਬਿਜ਼ਨਸ ਚ ਆਈ ਫੜੇ ਫਸੇ ਰਹੀ ਹੈ। ਇੱਥੇ ਤਾਂ ਤੁਸੀਂ ਮਾਰ ਖਾਂਦੇ ਆ, ਜੇ ਤੁਹਾਨੂੰ ਕਿਤੇ ਕਹਦੇ ਨਾ ਕਿ ਇੱਥੇ ਕੋਈ ਛੋਟਾ ਮੋਟਾ ਆਪਣਾ ਕਾਰੋਬਾਰ ਕਰ ਲੇ, ਉਹ ਨਹੀਂ ਤੁਸੀਂ ਕਰਦੇ, ਪਰ ਉੱਥੇ ਜਾ ਕੇ 30-30 ਲੱਖ ਰੁਪਈਆ ਲਾ ਕੇ ਤੁਸੀਂ ਉੱਥੇ ਫਿਰ ਸਫਾਈ ਦਾ ਕੰਮ ਵੀ ਕਰਦੇ ਆ ਜਾ ਕੇ। ਇਹ ਉੱਥੇ ਪੈਸਾ ਤਾਂ ਬਣਦਾ ਨਾ ਫਿਰ, ਪੈਸਾ ਬਣਦਾ ਵੀਰੇ, ਪੈਸਾ ਇੱਥੇ ਵੀ ਬਣਦਾ, ਕੰਮ ਕਰਕੇ ਤਾਂ ਦੇਖੋ। ਤੁਹਾਡੇ ਖੇਤਾਂ ਚ ਨਾ ਲੋਕ ਕੰਮ ਕਰ ਕਰਕੇ ਆਪਣੇ ਟੱਬਰ ਪਾਲ ਰਹੇ ਨੇ। ਜਿਹੜੇ ਤੁਹਾਡੇ ਖੇਤਾਂ ਚ ਕੰਮ ਕਰਦੇ ਨੇ ਨਾ, ਤੁਹਾਡੇ ਖੇਤਾਂ ਚ ਕਈਆਂ ਚਲਾ ਕੇ ਖੁਰਪੇ ਚਲਾ ਕੇ ਆਪਣਾ ਸਾਰਾ ਟੱਬਰ ਪਾਲ ਲੈਂਦੇ ਨੇ, ਉਹ ਫਿਰ ਵੀ ਕਦੇ ਇਹ ਨਹੀਂ ਕਹਿੰਦੇ ਵੀ ਸਾਨੂੰ ਕੁਛ ਬਚਦਾ ਨਹੀਂ, ਸਾਡੇ ਬੱਚੇ ਭੁੱਖੇ ਮਰ ਰਹੇ ਨੇ। ਤੇ ਤੁਸੀਂ ਜ਼ਮੀਨਾਂ ਦੇ ਮਾਲਕ ਹੋ ਕੇ ਕਹਿ ਦਿੰਦੇ ਸਾਡੇ ਕੋਲ ਬਣਦਾ ਨਹੀਂ, ਸਾਨੂੰ ਕੁਛ ਬਚਦਾ ਨਹੀਂ ਇੱਥੇ, ਨਾਲੇ ਕੀ ਨਹੀਂ ਹੈਗਾ ਇੱਥੇ? ਕਹਿੰਦੀ ਸਾਰਾ ਕੁਝ ਹੈ ਇੱਥੇ, ਕੀ ਆ ਭਲਾ ਇੱਥੇ? ਹਾਲੇ ਤੱਕ ਆਪਣੇ ਘਰ ਗੱਡੀ ਨਹੀਂ ਆਈ ਹੈਗੀ। ਪੰਜਾਬ ਵਰਗੀ ਕਿਤੇ ਧਰਤੀ ਨਹੀਂ ਹੈਗੀ, ਤੁਸੀਂ ਤਾਂ ਉਹੀ ਚੱਕਰਾਂ 'ਚ ਪਏ ਆ, ਕਮਾ ਕੇ ਦੇਖੋ ਤਾਂ ਸਹੀ। ਐਡੀਆਂ ਐਡੀਆਂ ਗੱਡੀਆਂ ਲਈ ਫਿਰਦੇ ਨੇ ਬਾਹਰ, ਆਪਣੇ ਕੋਲ ਤਾਂ ਛੋਟੀ ਵੀ ਗੱਡੀ ਨਹੀਂ ਇੱਥੇ। ਗੱਡੀ ਕਿੱਥੋਂ ਆਊਗੀ? ਤੂੰ ਮੈਨੂੰ ਇੱਕ ਗੱਲ ਦੱਸ, ਪਹਿਲਾਂ ਬਾਪੂ ਕੰਮ ਕਰਦਾ ਰਿਹਾ, ਸਾਰੇ ਪੈਸੇ ਪੜ੍ਹਾਈ ਤੇ ਲਾਤੇ, ਕੱਪੜਿਆਂ ਤੇ ਲਾਤੇ, ਹੋਰ ਕੰਮਾਂ ਤੇ ਲਾਤੇ, ਜਿੱਦਣ ਦਾ ਤੂੰ ਪੜ ਕੇ ਹਟਿਆ ਤੂੰ ਕੋਈ ਡੱਕਾ ਤੋੜਿਆ ਕਰਿਆ ਕੋਈ ਕੰਮ? ਉਹ ਕਰਾਂਦਾ ਹੀ ਆ ਮੈਂ, ਕੁਛ ਨਾ ਕੁਛ ਤਾਂ ਕਰਦਾ ਹੀ ਆ। ਐਨੇ ਫਾਰਮ ਭਰੇ ਆ ਮੈਂ ਨੌਕਰੀਆਂ ਦੇ, ਮੈਂ ਕਿਹੜਾ ਵਿਹਲਾ ਬੈਠਿਆ? ਫਿਰ ਤੂੰ ਨੌਕਰੀਆਂ ਦੇ ਫਾਰਮਾਂ ਤੇ ਪੈਸੇ ਲਾਏ ਆ ਬਾਪੂ ਤੋਂ ਲੈ ਕੇ, ਕਮਾਇਆ ਕੋਈ ਆਪ? ਮੈਂ ਕਿਹੜਾ ਕੋਈ ਫਾਇਦੇ ਵਾਸਤੇ ਲਾਏ ਸੀਗੇ, ਘਰ ਵਾਸਤੇ ਲਾਏ ਸੀਗੇ, ਕਿਤੇ ਲੱਗ ਜਾਊਂਗਾ ਚੱਲ, ਪਰ ਨਹੀਂ ਮਿਲਦੀ ਹੁਣ ਮੈਂ ਕੀ ਕਰਾਂ? ਔਰ ਡਿਗਰੀ ਨਹੀਂ, ਫਿਰ ਹੁਣ ਜੇ ਤੈਨੂੰ ਨੌਕਰੀ ਨਹੀਂ ਮਿਲਦੀ ਤੂੰ ਕੋਈ ਆਪਣਾ ਕੰਮ ਕਾਰ ਕਰ ਲਾ, ਮੈਂ ਵੀ ਤਾਂ ਕਰਦੀ ਆ। ਕੰਮ ਕਾਰ ਚ ਤਾਂ 10,000 ਮਸਾਂ ਬਚਦਾ, ਉਹ ਵੀ ਪਤਾ ਨਹੀਂ। ਤੇਰੇ ਸਾਹਮਣੇ ਮੈਂ ਵੀ ਤਾਂ ਕਰਦੀ ਆ, ਮੈਂ ਆਪਦੇ ਕੱਪੜੇ ਸੀ ਕੇ ਵੀ 30-35,000 ਰੁਪਇਆ ਇੱਕ ਮਹੀਨੇ ਦਾ ਕਮਾ ਲੈਂਦੀ ਆ, ਕਰ ਕਰਕੇ ਮੈਂ ਆਪਣੀ ਬੁਟੀਕ ਖੜੀ ਕਰ ਲਈ। ਮੈਂ ਇੱਕ ਕੁੜੀ ਹੋ ਕੇ ਕਮਾ ਸਕਦੀ ਆ, ਤੂੰ ਕਿਉਂ ਨਹੀਂ ਕਮਾ ਸਕਦਾ ਇੱਥੇ? ਹੁਣ ਮੈਂ ਤੀਵੀਆਂ ਵਾਲੇ ਕੰਮ ਕਰਨ ਲੱਗ ਜਾ, ਤੂੰ ਵੀ ਕੋਈ ਬੰਦਿਆਂ ਵਾਲਾ ਕਰ ਲਾ। ਬੰਦਿਆਂ ਵਾਲਾ ਕਿਹੜਾ ਕੰਮ, ਤੂੰ ਦੱਸ ਦੇ ਹੁਣ ਕਿਹੜਾ? ਬਥੇਰੇ ਕੰਮ ਨੇ, ਜਿਹੜਾ ਮਰਜ਼ੀ ਕੰਮ ਕਰ ਲਾ। ਮੈਨੂੰ ਤਾਂ ਨਹੀਂ ਕੁਛ ਪਤਾ ਲੱਗਦਾ ਹੈਗਾ। ਜ਼ਿਆਦਾ ਨਹੀਂ ਤੂੰ ਕੋਈ ਰੇੜੀ ਲਾ ਲੈ। ਲੈ ਰੇੜੀ ਲਾਵਾਂਗਾ ਮੈਂ, ਐਡਾ ਵੱਡਾ ਹੋ ਗਿਆ ਹੁਣ। ਜੇ ਤੈਨੂੰ ਬਾਹਰ ਜਾ ਕੇ ਕੋਈ ਹੋਰ ਕੰਮ ਕਰਨਾ ਪੈ ਗਿਆ ਛੋਟਾ ਮੋਟਾ, ਫੇਰ ਕੀ ਕਰੇਗਾ? ਉੱਥੇ ਕਿਹੜਾ ਕੋਈ ਦੇਖਦਾ? ਫੇਰ ਇੱਥੇ ਜਦੋਂ ਦੇਖ ਲੂਗਾ ਕੋਈ ਫੇਰ ਕੀ ਆ? ਲੈ ਇੱਥੇ ਤਾਂ ਸਾਰੇ ਕਹਿਣਗੇ ਕਿ ਐਮਏ ਐਮਏ ਡਬਲ ਐਮਏ ਪੜ੍ਹ ਕੇ ਬੰਦਾ ਰੇੜੀ ਲਾਂਦਾ। ਬਸ ਆਹੀ ਗੱਲਾਂ ਨੇ ਨਾ ਤੁਹਾਡੇ ਕਿੱਲੇ ਵਕਾਤੇ, ਵੀ ਇੱਥੇ ਜੇ ਕੋਈ ਛੋਟਾ ਕੰਮ ਕਰਾਂਗੇ ਤਾਂ ਕੋਈ ਕੀ ਕਹੂਗਾ, ਕੋਈ ਕੀ ਕਹੂਗਾ। ਬਸ ਤੁਸੀਂ ਦੁਨੀਆ ਨੂੰ ਦੇਖਦੇ ਹੋ, ਤੁਸੀਂ ਆਪਣੇ ਵੱਲ ਨਹੀਂ ਕਦੇ ਦੇਖਿਆ ਹੈਗਾ ਵੀ ਜੇ ਅਸੀਂ ਕੋਈ ਛੋਟਾ ਕੰਮ ਕਰਕੇ ਵੀ ਹੌਲੇ ਹੌਲੇ ਕਰਕੇ ਅਸੀਂ ਸਟੈਂਡ ਕਰ ਲਾਂਗੇ, ਵੱਡਾ ਕੰਮ ਕਰ ਲਾਂਗੇ। ਤੁਹਾਨੂੰ ਤੁਸੀਂ ਤਾਂ ਸਿੱਧਾ ਚੰਨ ਨੂੰ ਹੱਥ ਪਾਉਣ ਨੂੰ ਫਿਰਦੇ ਆ। ਇਹ ਪੰਜਾਬ ਹੈ ਵੀਰੇ, ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਬੰਦਾ ਕੰਮ ਨਾ ਵੀ ਕਰੇ ਨਾ ਤਾਂ ਵੀ ਭੁੱਖਾ ਨਹੀਂ ਮਰਦਾ ਹੈਗਾ। ਇੱਥੇ ਕੋਈ ਬੰਦਾ ਭੁੱਖਾ ਨਹੀਂ ਮਰਿਆ ਅੱਜ ਤੱਕ। ਤੇਰੀ ਗੱਲ ਦੇਖ ਸਾਰੇ ਠੀਕ ਆ, ਪਰ ਆਪਣੇ ਕੋਲ 2 ਕਿੱਲੇ ਆ, ਆਪਾਂ ਕੀ ਕਰਾਂਗੇ 2 ਕਿੱਲਿਆਂ ਚ, ਕਿੰਨਾ ਕੁ ਕਮਾ ਲਾਂਗੇ? ਤੇਰਾ ਵਿਆਹ ਵੀ ਕਰਨਾ, ਮੈਂ ਵੀ ਚਾਹੁੰਦਾ ਕਿ ਕਿਤੇ ਵਧੀਆ ਘਰ ਚ ਹੋਵੇ, ਹੁਣ ਮੈਂ ਕਿਹੜਾ ਕੰਮ ਲਾ? ਵੀਰੇ ਆ ਫਸਲਾਂ ਦੇਖ ਕਿੰਨੀਆਂ ਸੋਹਣੀਆਂ ਖੜੀਆਂ ਨੇ, ਇਹ ਪੰਜਾਬ ਦੀ ਧਰਤੀ ਆ, ਇੱਥੇ 2 ਕਿੱਲਿਆਂ ਚ ਬਹੁਤ ਕੁਛ ਹੋ ਸਕਦਾ। 2 ਕਿੱਲੇ ਬੰਦਾ ਕਰਨ ਵਾਲਾ ਹੋਵੇ। ਉਹ ਮੇਰੀ ਗੱਲ ਸੁਣ ਪੁੱਤਰਾ, ਜੇ ਤੂੰ ਮੇਰਾ ਸਾਥ ਦੇ ਨਾ, ਆ 2 ਕਿੱਲਿਆਂ ਚ ਤਾਂ ਆਪਾਂ ਕੈਨੇਡਾ ਜਿੰਨੀ ਕਮਾਈ ਕਰ ਸਕਦੇ ਆ। ਬੈਜੋ ਬਾਪੂ ਜੀ, ਕਿਵੇਂ ਕਮਾ ਲਾਂਗੇ? ਕਿਵੇਂ ਉਹ ਕਿਵੇਂ
ਤੂੰ ਤਾਂ ਪੜਿਆ ਲਿਖਿਆ ਹੈ, ਜੇ ਤੂੰ ਨਵੀਂ ਤਕਨੀਕ ਨਾਲ ਖੇਤੀ ਕਰੇਗਾ ਤਾਂ ਆਪਾਂ ਵਾਧੂ ਕੁਛ ਬਣਾ ਲਾਂਗੇ। ਅੱਛਾ, ਹੁਣ ਜੇ ਤੂੰ ਸੁੱਤਾ ਰਹੇਗਾ ਫਿਰ ਤਾਂ ਹੋ ਗਈਆਂ ਕਮਾਈਆਂ। ਬਾਪੂ ਬਿਲਕੁਲ ਸਹੀ ਕਹਿੰਦਾ, ਧਿਆਨ ਨਾਲ ਸੁਣ ਬਾਪੂ ਦੀ ਗੱਲ। ਉਹ ਗੱਲ ਸੁਣ ਪੁੱਤ, ਜੇ ਆਪਾਂ ਇੱਥੇ ਸਬਜ਼ੀ ਬੀਜੀ ਨਾ ਦੋਨੇ ਰਲ ਮਿਲ ਕੇ, ਆਹ ਤੇਰੇ ਕੈਨੇਡਾ ਨਾਲ ਤਾਂ ਵੱਧ ਕਮਾਈ ਹੋਊਗੀ। ਉਹ ਕਿਵੇਂ ਬਾਪੂ? ਉਹ ਗੱਲ ਸੁਣ ਮੇਰੀ ਪੁੱਤਰਾ, ਜਦੋਂ ਆਪਾਂ ਇੱਥੇ ਵੰਨ ਸਵੰਨੀਆਂ ਸਬਜ਼ੀਆਂ ਬੀਜੀਆਂ, ਇੱਕ ਤਾਂ ਰੋਜ਼ ਆਪਣੀ ਕਮਾਈ ਨਿੱਤ ਆਇਆ ਕਰੂਗੀ। ਆਹ ਤੈਨੂੰ ਆਪਣੇ ਪਿੰਡ ਵਾਲੇ ਜੀਤੇ ਹੋਰਾਂ ਦਾ ਨਹੀਂ ਪਤਾ ਹੈਗਾ, ਉਹ ਇੰਨੀ ਸਬਜ਼ੀ ਬੀਜਦੇ ਨੇਗੇ, ਰੋਜ਼ ਨਵੇਂ ਤੋਂ ਨਵਾਂ ਪੈਸਾ ਹੁੰਦਾ ਹੈਗਾ। ਅੱਛਾ, ਪਰ ਇਹ ਗੱਲ ਹੈ ਪੁੱਤਰਾ, ਆਹ ਹੁਣ ਜਿਵੇਂ ਤੂੰ ਸੁੱਤਾ ਰਹਿੰਦਾ ਐਂ ਤਾਂ ਕੰਮ ਨਹੀਂ ਚੱਲਣਾ ਹੈਗਾ, ਮਿਹਨਤ ਤਾਂ ਕਰਨੀ ਪਊ, ਗੱਡ ਕੇ ਵਾਹਣਾ ਪਊ। ਨਹੀਂ, ਪੈਸਾ ਬਣਨਾ ਚਾਹੀਦਾ, ਮਿਹਨਤ ਤਾਂ ਬੰਦਾ ਆਪ ਹੀ ਕਰ ਲੈਂਦਾ ਜਦ ਪੈਸਾ ਦਿਖਦਾ। ਉਹ ਪੈਸਾ ਤਾਂ ਵਾਧੂ ਬਣੂਗਾ, ਤੂੰ ਮਾੜਾ ਜਿਹਾ ਮੇਰਾ ਸਾਥ ਦੇ ਕੇ ਰਾਂ, ਬਸ ਆਹ ਜਿਹੜੀ ਸੁਸਤੀ ਜੇ ਇਹਨੂੰ ਤਿਆਗ ਦੇ। ਤੇਰੀ ਮਾਂ ਨੂੰ ਕਹਿਣਾ ਮੈਨੂੰ ਚੰਗੀ ਨਾ ਪੰਜੀਰੀ ਪੰਜੂਰੀ ਮਾਰ ਕੇ ਦੇ। ਨਾਲੇ ਵੀਰੇ ਦੇਖ, ਹੁਣ ਸਬਜ਼ੀਆਂ ਦਾ ਕਿੰਨਾ ਰੇਟ ਹੈ, 80-80 ਰੁਪਏ ਕਿਲੋ ਸਬਜ਼ੀ ਵਿਕਰੀ ਆ। ਆਪਾਂ ਇੱਕ ਟਾਈਮ ਦੀ ਖਰੀਦਦੇ ਹੋਏ ਰੋਂਦੇ ਆ। ਜੇ ਇੰਨੀ ਤੇਜ਼ ਆਪਣੀ ਸਬਜ਼ੀ ਵਿਕੂਗੀ ਤਾਂ ਤੂੰ ਸੋਚ ਆਪਾਂ ਕਿੰਨਾ ਪੈਸਾ ਕਮਾ ਸਕਦੇ ਆ ਇੱਥੇ। ਤੇ ਨਾਲੇ ਹੋਰ ਗੱਲ, ਜੇ ਸਬਜ਼ੀ ਦੇ ਨਾਲ ਤੂੰ ਕਿਤੇ ਡੈਰੀ ਫਾਰਮ ਵਗੈਰਾ ਖੋਲ ਲੈਣਾ, ਉਹਦੇ 'ਚ ਵੀ ਬਹੁਤ ਕਮਾਈ ਆ। ਡੈਰੀ ਵਾਸਤੇ ਤਾਂ ਮੱਝਾਂ ਦੇ ਚਾਹੀਦੀ ਆ ਆਪਾਂ ਨੂੰ। ਮੱਝਾਂ ਤਾਂ ਚਾਹੀਦੀਆਂ ਨੇ, ਸਰਕਾਰ ਸਬਸਿਡੀਆਂ ਵੀ ਦਿੰਦੀ ਆ ਉਹਦੇ ਤੇ, ਆਪਾਂ ਸਰਕਾਰ ਤੋਂ ਹੈਲਪ ਲੈ ਕੇ ਵੀ ਖੋਲ ਸਕਦੇ ਆ। ਨਾਲੇ ਡੈਰੀ ਫਾਰਮ ਦਾ ਕੰਮ ਬਹੁਤ ਸੋਹਣਾ ਚੱਲਦਾ, ਨਾਲੇ ਤਾਂ ਆਪਣਾ ਘਰ ਦਾ ਵੀ ਰੇਹ ਹੋ ਜਾਊਗਾ, ਨਾਲੇ ਦੁੱਧ ਕੀ ਖਾਵਾਂਗੇ, ਨਾਲੇ ਵੇਚਾਂਗੇ, ਨਾਲੇ ਪੈਸੇ ਕਮਾਵਾਂਗੇ। ਨਾਲੇ ਆਪਾਂ ਨੂੰ ਬਾਹਰ 30-30 ਲੱਖ ਰੁਪਈਆ ਲਾ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਉਹ 30 ਲੱਖ ਵੀ ਬਚੂਗਾ। ਉਸ 30 ਲੱਖ ਦੀਆਂ ਤਾਂ ਤੂੰ ਕਿੰਨੀਆਂ ਮੱਝਾਂ ਪਾ ਸਕਦਾ ਇੱਥੇ, ਕਿੱਡਾ ਬਿਜ਼ਨਸ ਕਰ ਸਕਦਾ। ਆ ਜਿੰਨੀ ਮਿਹਨਤ ਉੱਥੇ ਜਾ ਕੇ ਕਰਨੀ ਪੈਂਦੀ ਆ ਨਾ, ਓਨੀ ਤਾਂ ਇੱਥੇ ਕਰਨ ਦੀ ਲੋੜ ਵੀ ਨਹੀਂ, ਉਦੋਂ ਤਾਂ ਅੱਧੀ ਮਿਹਨਤ ਨਾਲ ਸਾਰਾ ਕੁਝ ਬਣ ਜੂ। ਨਾਲੇ ਫਿਰ ਤੂੰ ਆਪਣੇ ਕੰਮ ਦਾ ਆਪ ਰਾਜਾ ਹੈ, ਭਾਵੇਂ 9 ਵਜੇ ਉੱਠ ਭਾਵੇਂ 10 ਵਜੇ ਉੱਠ, ਕਿਸੇ ਦੇ ਥੱਲੇ ਤੈਨੂੰ ਕੰਮ ਨਹੀਂ ਕਰਨਾ ਪੈਣਾ। ਤੂੰ ਸੋਚ ਕੇ ਤਾਂ ਦੇਖ, ਉਹ 30 ਲੱਖ ਦਾ ਤੂੰ ਕਿੰਨਾ ਕੁਛ ਕਰ ਸਕਦਾ। ਨਾਲੇ ਆ ਜਿਹੜੇ ਬਾਹਰਲੇ ਦੇਸ਼ ਭੱਜਣ ਨੂੰ ਫਿਰਦਾ ਨਾ, ਇੱਧਰ ਤੂੰ ਐਂ ਵਿਆਹ ਰਹਿਣਾ ਐਂ, ਉੱਥੇ ਨਹੀਂ ਸੌਂਦਾ ਫਿਰ, ਭੱਜੇ ਫਿਰੇਗਾ ਉੱਥੇ। ਆ ਇਹ ਤਾਂ ਸੁਣਨ ਨੂੰ ਆਉਂਦਾ ਵੀ ਕੰਮ ਤਾਂ ਉੱਥੇ ਕਰਨਾ ਪੈਂਦਾ ਬਹੁਤ। ਓਏ ਕੰਮ ਤਾਂ ਉਹੀ, ਜੇ ਕੰਮ ਇੱਥੇ ਕਰ ਲੈ ਫਿਰ ਰੌਲਾ ਕਾਹਦਾ ਹੈਗਾ। ਬਾਕੀ ਰਹੀ ਗੱਲ, ਅਸੀਂ ਸਾਰੇ ਤੇਰੇ ਨਾਲ ਤੇਰਾ ਸਾਥ ਦੇਵਾਂਗੇ, ਤੇਰੇ ਨਾਲ ਕੰਮ ਕਰਾਵਾਂਗੇ, ਕਿਉਂ ਬਾਪੂ? ਹਾਂ ਹਾਂ ਬਿਲਕੁਲ ਪੁੱਤ। ਹੁਣ ਤੂੰ ਦੱਸ, ਜਾਣਾ ਹਲੇ ਵੀ ਬਾਹਰਲੇ ਦੇਸ਼? ਚਲੋ, ਤੂੰ ਜੇ ਤੁਸੀਂ ਹੁਣ ਕਹਿੰਦੇ ਹੋ ਤੁਸੀਂ ਮੈਨੂੰ ਵਿਸ਼ਵਾਸ ਦਵਾ ਰਹੇ ਆ ਤਾਂ ਮੈਂ ਦੇਖਦਾ, ਇੱਥੇ ਕਰਾਂਗੇ ਹਲੇ। ਕਹਿੰਦਾ ਦੇਖਦਾ, ਅਜੇ ਵੀ ਵਿਚਾਲੇ ਅੜਿਆ ਖੜਾ ਹੈਗਾ, ਮੈਨੂੰ ਲੱਗਦਾ ਵੀ ਇਹ ਮੇਰੇ ਤੋਂ ਟੰਬੇ ਖਾ ਕੇ ਫੇਰ ਖੜੂ। ਉਹ ਨਹੀਂ, ਹੁਣ ਤਾਂ ਮੈਂ ਇੱਥੇ ਰਹੂੰਗਾ। ਤੂੰ ਪੁੱਤ ਜ਼ੋਰ ਮਾਰ ਕੇ ਕੰਮ ਕਰ, ਆਪਾਂ ਇੱਥੇ ਲਹਿਰਾਂ ਬਹਿਰਾਂ ਲਾ ਦਾਂਗੇ। ਉਹ ਮੈਂ ਤਾਂ ਬਤੰਦਰਾ ਇਕੱਲਾ ਨਹੀਂ ਦਬਿਆ ਹੈਗਾ, ਜਦੋਂ ਆਪਾਂ 2 ਤੇ 2 11 ਹੁੰਦੇ ਨਾ, ਉਹ ਕਹਿੰਦੇ ਨੇ 1 ਤੇ 1 11, ਆਪਾਂ ਤਬਾਹੀ ਠਾ ਦਾਂਗੇ ਪੁੱਤ, ਤੂੰ ਕੰਮ ਕਰਨ ਵਾਲਾ ਬਣ ਕੇ ਰਾਂ। ਚੱਲ ਠੀਕ ਆ, ਫਿਰ ਮੈਂ ਨਹੀਂ ਜਾਂਦਾ ਹੈਗਾ। ਹਾਂ ਚੱਲ, ਮੇਰੀ ਗੱਲ ਸੁਣ, ਬਾਪੂ ਨਾਲ ਕੰਮ ਕਰਾ ਫਿਰ। ਹੁਣ ਆਪਾਂ ਕੱਲ ਕੁੱਲ ਤੇ ਨਹੀਂ ਗੱਲ ਪਾਉਂਦੇ, ਹੁਣ ਐਂ ਕਰ ਮਾੜਾ ਜਾਂ ਨਾ ਅੱਗੇ, ਜਾਂ ਖੇਤ ਦਾ ਗੇੜਾ ਮਾਰ ਕੇ ਆ ਪਹਿਲਾਂ, ਅੱਜ ਤੋਂ ਸ਼ੁਰੂ ਕਰ। ਬਸ ਇਹ ਕਹੀ, ਹੁਣ ਮੈਨੂੰ ਸੰਭਾ ਦੇ ਤੂੰ। ਹਾਂ ਬਸ ਬਸ, ਸ਼ਾਬਾਸ਼ ਫਿਰ, ਜਾਂ ਮਾਰ ਕੇ ਆ ਗੇੜਾ। ਹਾਂ ਬਸ, ਰੋਟੀ ਤਾਂ ਖਾ ਜਾ। ਰੋਟੀ ਮੈਂ ਆ ਕੇ ਖਾਊਂਗਾ ਹੁਣ। ਲੈ ਹੈ ਬਾਪੂ, ਇਹ ਤਾਂ ਰੋਟੀ ਵੀ ਨਹੀਂ ਖਾਂਦਾ ਹੁਣ। ਉਹ ਚੱਲ ਪੁੱਤ, ਵਧੀਆ ਜੇ ਕੰਮ ਕਾਰ ਕਰਨ ਲੱਗੇਗਾ, ਮੇਰਾ ਤਾਂ ਖੂਨ ਵੱਧ ਗਿਆ। ਬਾਕੀ ਸ਼ਾਬਾਸ਼ ਇਹ ਧੀਏ ਤੇਰੇ, ਜਿਹੜਾ ਤੈਨੂੰ ਸਮਝਾ ਤਾ। ਨਹੀਂ ਮੈਂ ਤਾਂ ਇਹਦੇ ਨਾਲ ਕਦੋਂ ਦਾ ਮੱਥਾ ਮਾਰਦਾ ਸੀ, ਮੇਰੇ ਤਾਂ ਸੁਣਦਾ ਹੀ ਨਹੀਂ ਸੀਗਾ, ਬਾਰ ਬਾਰ ਲਾਈ ਸੀਗੀ ਬਾਹਰ, ਜਿਵੇਂ ਐਂ ਵੀ ਜਿਵੇਂ ਮਸ ਬਾਹਰ ਜਾਣਾ, ਐਂ ਡਾਲਰ ਤੋੜ ਤੋੜ ਕੇ ਲੈ ਆਉਣੇ ਨੇਗੇ। ਚੱਲ ਠੀਕ ਹੈ ਬਾਪੂ, ਹੁਣ ਤੂੰ ਟੈਨਸ਼ਨ ਨਾ ਲਿਆ ਕਰ, ਆ ਲੈ ਤੂੰ ਵੀ ਰੋਟੀ ਖਾ ਲੈ। ਚੱਲ ਠੀਕ ਹੈ ਪੁੱਤ, ਮੈਂ ਕਹਿੰਦਾ ਉਹਨੂੰ ਗੇੜਾ ਮਾਰੀ ਆਣ ਦੇ, ਇਕੱਠੀ ਖਾ ਲਾਂਗੇ। ਚੱਲ ਠੀਕ ਆ, ਹੁਣ ਤਾਂ ਮੇਰੀ ਤਾਂ ਉਂਝ ਖੁਸ਼ੀ 'ਚ ਭੁੱਖ ਮਰ ਗਈ।